ਖਾਓ ਸਹੀ ਹੈ ਤੇ ਨਜ਼ਾਰੇ ਲਾਓ ਸਾਰੇ ਜਣੇ ਆ ਕੇ ਇੱਥੇ ਜ਼ਿੰਦਗੀ ਦੇਖੋ ਇੱਥੇ ਦੀ ਸਹੀ ਬਹੁਤ ਸੋਹਣੀ ਜ਼ਿੰਦਗੀ ਆ ਜੀ ਸਹੀ ਹੈ ਜਿੱਦਾਂ ਥੋੜਾ ਜਿਹਾ ਫਰਕ ਤਾਂ ਪਿਆ ਆ ਪਹਿਲਾਂ ਨਾਲ ਕਿ ਉਹ ਸਟੂਡੈਂਟ ਚਲੋ ਹੋ ਗਿਆ ਜ਼ਿਆਦਾ ਹੁਣ ਤੇ ਕੰਮ ਕਰ ਉਦਾਂ ਇਹਦੇ ਛੋਟੇ ਟਾਊਨ ਨਾਲ ਕੰਮ ਹੈਗਾ ਆਪਾਂ ਜੀ ਠੀਕ ਹੈ ਇੱਕ ਇਹ ਆ ਵੀ ਮੈਂ ਸਾਰੇ ਸਟੂਡੈਂਟ ਨੂੰ ਇਹ ਕਹੂੰਗਾ ਛੋਟਾ ਮੋਟਾ ਕੋਈ ਕੰਮ ਸਿੱਖ ਕੇ ਆਓ ਭਾਜੀ ਮਤਲਬ ਕਾਹਦਾ ਕਿਹੜਾ ਕਿਹੜੇ ਕਿਹੜੇ ਕੰਮ ਦੀ ਜ਼ਿਆਦਾ ਮੰਗ ਆ ਜਿੱਦਾਂ ਮੰਨ ਲਓ ਭਾਜੀ ਕਟਿੰਗ ਦਾ ਕੰਮ ਹੁੰਦਾ ਹਾਂ ਵਾਲ ਕੱਟਣ ਦਾ ਕੰਮ ਆ ਸਭ ਤੋਂ ਜ਼ਿਆਦਾ ਜਿਹੜਾ ਮੰਨ ਲਓ ਇੱਥੇ ਪੈਸੇ ਬਥੇਰੇ ਆ ਸੁੱਕੇ ਪੈਸੇ ਜਿਹਨੂੰ ਕਹਿੰਦੇ ਆ ਉਹ ਕਟਿੰਗ ਦੇ ਕੰਮ ਨੇ ਬੱਚਿਆ ਥੋੜਾ ਮੋਟਾ ਇਹ ਆ ਵੀ ਜਿੱਦਾਂ ਆਪਾਂ ਨੂੰ ਸਕੀਮ ਸਕੂਮ ਕਰਨੀ ਆਉਂਦੀ ਹੋਵੇ ਆਪਾਂ ਪੱਟੀ ਕਰ ਦੇਂਦੀ ਆ ਰੰਗ ਰੂੰਗ ਦੇ ਉਹ ਕਰਨੀ ਆਉਣੀ ਚਾਹੀਦੀ ਆ ਥੋੜੀ ਮੋਟੀ ਭਾਜੀ ਫਿਰ ਬਿਲਡਰਮ ਦੇ ਨਾਲ ਥੋੜਾ ਮੋਟਾ ਇਹ ਆ ਤੇ ਮਿਸਤਰੀ ਮੁਸਤਰੀ ਥੋੜਾ ਮੋਟਾ ਕੰਮ ਆਉਂਦਾ ਤੇ ਫਿਰ ਸਾਹਮਣੇ ਵਧੀਆ ਪਲੰਬਰ ਦਾ ਕੰਮ ਸਾਹਮਣਾ ਭਾਜੀ ਵਧੀਆ ਹੈ ਕੰਮ ਕਈਆਂ ਨੂੰ ਪਸੰਦ ਨਹੀਂ ਆਉਂਦਾ ਪਰ ਫੇ ਕੰਮ ਪਸੰਦ ਨਹੀਂ ਆਉਂਦਾ ਫਿਰ ਉਹ ਸਾਰੇ ਜਣੇ ਇਹੀ ਰੌਲੀ ਪਾਉਂਦੇ ਆ ਵੀ ਪਿੱਛੇ ਕੰਮ ਹੈ ਨਹੀਂ ਕੰਮ ਹੈ ਨਹੀਂ ਕੰਮ ਨਹੀਂ ਪਰ ਇੱਥੇ ਇਹ ਆ ਕਿ ਇਹ ਨਾ ਸੋਚੋ ਵੀ ਕੰਮ ਕਿਹੜਾ ਆ ਭਾਜੀ ਇੱਥੇ ਸਾਰਿਆਂ ਦੀ ਸਾਰੇ ਬਰਾਬਰ ਆ ਜੇ ਕੋਈ ਗੋਰਾ ਵੀ ਆ ਨਾ ਸਾਡੇ ਨਾਲ ਸੇਮ ਜੋਬ ਕਰਦਾ ਉਹ ਵੀ ਉਨੇ ਪੈਸੇ ਕਮਾਉਂਗਾ ਤੁਸੀਂ ਵੀ ਉਨੇ ਕਮਾਓਗੇ ਵੀ ਕਿਤੇ ਵੀ ਮਹੀਨੇ ਦੀ ਭਾਜੀ ਠੀਕ ਹੈ ਨਾ ਇਹ ਕੰਮ ਛੋਟਾ ਵੱਡਾ ਮੈਂ ਇੱਥੇ ਦੇਖੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਮਨਦੀਪ ਸਿੰਘ ਢਿੱਲੋਂ ਆ ਤੁਹਾਡਾ ਫੇਰ ਸਵਾਗਤ ਕਰਦਾ ਤੇ ਅੱਜ ਆਪਾਂ ਖੜੇ ਆ ਜੀ ਡਰਬੀ ਦੇ ਵਿੱਚ ਡਰਬੀ ਟਾਊਨ ਦੇ ਵਿੱਚ ਤੇ ਬਹੁਤ ਸਾਰੇ ਸਟੂਡੈਂਟ ਆਪਣੇ ਪੰਜਾਬੀ ਭਰਾ ਕੁੜੀਆਂ ਹਨਾ ਭੈਣਾਂ ਇੱਥੇ ਇੰਗਲੈਂਡ ਦੇ ਵਿੱਚ ਚੰਗੇ ਭਵਿੱਖ ਲਈ ਆਉਂਦੇ ਆ ਤੇ ਬਹੁਤ ਸਾਰੀਆਂ ਵੀਡੀਓ ਇਦਾਂ ਦੀਆਂ ਵੀ ਇੱਥੋਂ ਵਾਇਰਲ ਹੁੰਦੀਆਂ ਇੱਥੋਂ ਕੀ ਕੈਨੇਡਾ ਤੋਂ ਹਰੇਕ ਕੰਟਰੀ ਤੋਂ ਵਾਇਰਲ ਹੁੰਦੀਆਂ ਕਿ ਹੁਣ ਇੱਥੇ ਕੰਮ ਹੈ ਨਹੀਂ ਨਾ ਕੰਟਰੀਆਂ ਦੇ ਵਿੱਚ ਜਾਂ ਫਿਰ ਇਹਨਾਂ ਕੰਟਰੀਆਂ ਦੇ ਵਿੱਚ ਔਖਾ ਆ ਬਟ ਅੱਜ ਸਾਡੇ ਨਾਲ ਇੱਕ ਭਰਾ ਆ ਅਜੇ ਤੇ ਅਜੇ ਮੇਰੇ ਪਿੰਡ ਤੋਂ ਹੀ ਆ ਬਟ ਮੈਂ ਜਦੋਂ ਅਜੇ ਨੂੰ ਮਿਲਿਆ ਤਾਂ ਅਜੇ ਦਾ ਜਿਹੜਾ ਹਿਸਾਬ ਤਾਬ ਸੀ ਅਜੇ ਦਾ ਇਹਨਾਂ ਗੱਲਾਂ ਬਾਤਾਂ ਕੀਤੀਆਂ ਤੇ ਇਹ ਕਹਿੰਦਾ ਕਿ ਬਹੁਤ ਸੋਹਣਾ ਆ ਕਿਉਂਕਿ ਰੀਜ਼ਨ ਆ ਜਿੱਦਾਂ ਆਪਣੇ ਲੋਕ ਕੈਨੇਡਾ ਵਗੈਰਾ ਵੀ ਜਾਂਦੇ ਉਹ ਸਿਰਫ ਕੋਈ ਜਗ੍ਹਾ ਰਸ਼ ਪਾਈ ਜਾਂਦੇ ਕੋਈ ਜਗ੍ਹਾ ਰਸ਼ ਆ ਹਨਾ ਤੇ ਇੰਗਲੈਂਡ ਦੇ ਵਿੱਚ ਵੀ ਸੇਮ ਉਹੀ ਚੀਜ਼ ਆ ਜਿੰਨੇ ਵੀ ਆਪਣੇ ਸਟੂਡੈਂਟ ਆਉਂਦੇ ਆ ਉਹ ਲੰਡਨ ਨੂੰ ਹੀ ਸਭ ਤੋਂ ਪਹਿਲੇ ਨੰਬਰ ਤੇ ਪਹਿਲਾਂ ਰੱਖਦੇ ਭਜਾ ਕੇ ਲੰਡਨ ਰਹਿਣਾ ਹਨਾ ਤੇ ਲੰਡਨ ਰਹਿਣ ਖਾਣ ਪੀਣ 'ਚ ਵੀ ਮਹਿੰਗਾ ਆ ਤੇ ਬਾਕੀ ਅਜੇ ਨਾ ਕਰਾਉਂਦੇ ਆ ਤੁਹਾਡੀ ਗੱਲਬਾਤ ਤੇ ਅਜੇ ਨੂੰ ਪੁੱਛਦੇ ਆ ਵੀ ਸਟੂਡੈਂਟ ਨੂੰ ਇੱਥੇ ਕਿਉਂ ਆਉਣਾ ਚਾਹੀਦਾ ਜਾਂ ਫਿਰ ਇੰਗਲੈਂਡ ਦੇ ਵਿੱਚ ਲੰਡਨ ਦੇ ਵਿੱਚ ਕਿਉਂ ਨਹੀਂ ਰਹਿਣਾ ਚਾਹੀਦਾ ਤੇ ਆਜੋ ਕਰਾਉਂਦੇ ਤੁਹਾਡੀ ਗੱਲਬਾਤ ਸਤਿ ਸ਼੍ਰੀ ਅਕਾਲ ਅਜੇ ਕਿੱਦਾਂ ਵੀ ਮੁੰਡਿਆ ਬਸ ਵਧੀਆ ਸਿਹਤਾਂ ਕਿੱਦਾਂ ਸਿਹਤਾਂ ਕਿੱਦਾਂ ਪਹਿਲਾਂ ਤਾਂ ਅਜੇ ਐਂ ਪੂਰੇ ਨਜ਼ਾਰੇ 'ਚ ਭਾਜੀ ਹਾਂ ਅੱਗੇ ਨਾਲ ਚੌਥੀ ਫੁਰਤੀ ਤਾਂ ਆ ਗਈ ਹੋਣੀ ਆ ਪੂਰੀ ਭਾਜੀ ਇੱਥੇ ਹਾਂ ਕੋਈ ਸਾਲ ਸੇ ਤਾਂ ਕਿਦਾਂ ਸਾਰੇ ਠੀਕ ਠਾਕ ਐਨ ਵਧੀਆ ਕਿਉਂਕਿ ਪੰਜਾਬ ਤਾਂ ਤੈਨੂੰ ਪਤਾ ਹੀ ਆ ਬੇਬੇ ਨੇ ਰੋਟੀਆਂ ਪਕਾਤੀਆਂ ਮੁੰਡ ਜਵਾ ਕਹਿ ਦਿੰਦਾ ਹੁਣ ਨਹੀਂ ਹਲੇ ਘੰਟਾ ਰੁੱਕ ਕੇ ਖਾਣੀ ਆ ਇੱਥੇ ਤਾਂ ਫਿਰ ਤੈਨੂੰ ਪਤਾ ਤਤੀਆਂ ਠੰਡੀਆਂ ਸਭ ਖਾਣੀਆਂ ਪੈਂਦੀਆਂ ਖਾਣੀ ਪੈਂਦੀ ਠੰਡੀ ਹੋਵੇ ਤਾਂ ਵੀ ਲੈ ਕੇ ਜਾਣੀ ਪੈਂਦੀ ਹਾਂ ਗਰਮ ਹੋਵੇ ਤਾਂ ਵੀ ਜੀ ਤੇ ਕਿੰਨਾ ਚਿਰ ਹੋ ਗਿਆ ਇੱਥੇ ਮੈਨੂੰ ਭਾਜੀ ਹੋ ਗਿਆ ਡੇਢ ਸਾਲ ਡੇਢ ਸਾਲ ਕੰਮ ਕਰ ਕਿੱਦਾਂ ਵਧੀਆ ਹੈ ਕੰਮ ਕਰ ਰਿਹਾ ਭਾਜੀ ਤੇ ਆਪਾਂ ਡਰਬੀ ਦੇ ਵਿੱਚ ਆ ਜਿੱਦਾਂ ਤੁਸੀਂ ਦੱਸਦੇ ਸੀ ਵੀ ਜਿਹੜਾ ਮੇਨ ਜਿੱਦਾਂ ਜ਼ਿਆਦਾਤਰ ਸਟੂਡੈਂਟ ਜਿਹੜੇ ਲੰਡਨ ਨੂੰ ਪਹਿਲ ਤੇ ਰੱਖਦੇ ਵੀ ਆਪਾਂ ਲੰਡਨ ਜਾ ਕੇ ਰਹਿਣਾ ਤੇ ਉੱਥੇ ਤੇ ਇੱਥੇ ਦਾ ਕੀ ਫਰਕ ਆ ਦੱਸਿਓ ਮੜ ਜਾ ਉੱਥੇ ਤਾਂ ਇਹ ਭਾਜੀ ਲੰਡਨ ਨਾਲੋਂ ਹਨਾ ਮੈਂ ਸਾਰੇ ਸਟੂਡੈਂਟਾਂ ਨੂੰ ਇਹੀ ਕਹੂੰਗਾ ਵੀ ਆਪਾਂ ਛੋਟੇ ਟਾਊਨਾਂ ਨੂੰ ਜ਼ਿਆਦਾ ਆਈਏ ਕਿਉਂ ਲੰਡਨ ਦੇ ਵਿੱਚ ਤਾਂ ਇੱਕ ਤਾਂ ਖਰਚਾ ਇੱਕ ਮਹਿੰਗਾ ਭਾਜੀ ਵਰਲਡ ਦੀ ਸਭ ਨਾਲੋਂ ਮਹਿੰਗੀ ਸਿਟੀ ਆ ਲੰਡਨ ਠੀਕ ਹੈ ਨਾ ਇਹਦੇ ਨਾਲੋਂ ਵਧੀਆ ਭਾਜੀ ਆਪਾਂ ਛੋਟੇ ਟਾਊਨਾਂ ਦੇ ਵਿੱਚ ਆਈਏ ਖਰਚਾ ਘੱਟ ਹੈ ਇੱਕ ਬਿਲਕੁਲ ਰਹਿਣਾ ਸਹਿਣਾ ਸੌਖਾ ਮਿਲ ਜਾਂਦਾ ਭਾਜੀ ਕਮਰੇ ਸੌਖੇ ਮਿਲ ਜਾਂਦੇ ਆ ਪਰ ਇਸ ਟਾਈਮ ਥੋੜਾ ਜਿਹਾ ਚਲੋ ਕਮਰਿਆਂ ਦਾ ਤਾਂ ਔਖਾ ਆ ਤੇ ਪਰ ਇੰਨਾ ਆ ਵੀ ਰਹਿਣਾ ਸਹਿਣਾ ਭਾਜੀ ਸੌਖਾ ਆ ਕੋਸਟ ਘੱਟ ਆ ਸਾਰੀ ਲਿਵਿੰਗ ਕੋਸਟ ਵੀ ਘੱਟ ਆ ਹੋਰ ਐਕਸਪੈਂਸਿਸ ਵੀ ਘੱਟ ਆ ਭਾਜੀ ਹੋਰ ਇਹਨੇ ਟੈਕਸ ਟੂਕਸ ਪੇ ਨਹੀਂ ਕਰਨੇ ਪੈਂਦੇ ਇੱਥੇ ਸਹੀ ਆ ਤੇ ਆਮ ਜੇ ਆਪਾਂ ਸਧਾਰਨ ਜੀ ਗੱਲ ਕਰੀਏ ਤੇ ਫਰਕ ਕੱਢੀਏ ਤੇ ਜਿੱਦਾਂ ਲੰਡਨ ਦੇ ਵਿੱਚ ਇਸ ਵੇਲੇ 800 ਸਾਢੇ 800 ਪਾਉਂਡ ਨੂੰ ਇੱਕ ਰੂਮ ਮਿਲਦਾ ਆ ਹਾਂਜੀ ਭਾਈ ਤੇ ਇੱਥੇ ਕਿੰਨੇ ਕੁ ਰੂਮ ਮਿਲ ਜਾਂਦਾ ਇੱਥੇ ਰੂਮ ਭਾਜੀ ਮਿਲ ਜਾਂਦਾ ਆਪਣਾ 450 ਰੁਪਏ 400-420 ਪਾਉਂਡ ਤੇ ਜੇ ਕਿਸੇ ਨੇ ਘਰ ਲੈਣਾ ਹੋਵੇ ਪੂਰਾ ਪੂਰਾ ਘਰ 800 ਪਾਉਂਡ ਹੱਦ ਭਾਜੀ 800 ਪਾਉਂਡ ਦੇ ਉੱਪਰ ਮਤਲਬ ਘਰ ਮਿਲ ਜਾਂਦਾ ਪੂਰਾ ਹਨਾ ਤਿੰਨ ਬੈਡਰੂਮ ਦਾ ਘਰ ਮਿਲ ਜਾਂਦਾ ਆਰਾਮ ਨਾਲ ਸਹੀ ਆ ਤੇ ਕਮਾਕਾਰਾਂ ਦੇ ਇੱਧਰ ਕੀ ਹਾਲਾਤ ਆ ਜਿਹੜੇ ਮਤਲਬ ਇਹ ਉੱਧਰ ਸਾਊਥ ਹਾਲ ਨਾਲ ਕਿਉਂਕਿ ਸਾਊਥ ਹਾਲ ਤਾਂ ਮੈਂ ਪਰਸੋਂ ਇੱਕ ਮਿਲਿਆ ਸੀ ਸਟੂਡੈਂਟ ਨੂੰ ਵੀ ਉਹ ਵੀ ਵਰਕ ਵੀਜ਼ੇ ਤੇ ਹੀ ਡਿਪੈਂਡਡ ਆ ਉਹ ਤੇ ਉਹ ਬੰਦਾ ਮਤਲਬ ਕਹਿ ਲਓ ਕਿ ਉਹ ਕਹਿੰਦਾ ਵੀ ਮੇਰੇ ਕੋ ਸਾਰੇ ਪੇਪਰ ਵਰਕ ਵੀ ਹੈਗਾ ਕੰਮ ਕਰਨ ਲਈ ਪਰ ਮੈਨੂੰ ਮਜਬੂਰਨ ਕੰਮ ਨਹੀਂ ਮਿਲਦਾ ਤੇ ਮੈਨੂੰ ਬਿਲਡਰਾਂ ਦਿਹਾੜੀਆਂ ਲਾਉਣਾ ਜਾਣਾ ਪੈਂਦਾ ਹਾਂਜੀ ਨਹੀਂ ਭਾਜੀ ਕੰਮ ਜਿੱਦਾਂ ਥੋੜਾ ਜਿਹਾ ਫਰਕ ਤਾਂ ਪਿਆ ਆ ਪਹਿਲਾਂ ਨਾਲ ਕਿ ਉਹ ਸਟੂਡੈਂਟ ਚਲੋ ਹੋ ਗਿਆ ਜ਼ਿਆਦਾ ਹੁਣ ਤੇ ਕੰਮ ਕਰ ਉਦਾਂ ਇਹਦੇ ਛੋਟੇ ਟਾਊਨ ਨਾਲ ਕੰਮ ਹੈਗਾ ਭਾਜੀ ਠੀਕ ਹੈ ਇੱਕ ਇਹ ਆ ਵੀ ਮੈਂ ਸਾਰੇ ਸਟੂਡੈਂਟ ਨੂੰ ਇਹ ਕਹੂੰਗਾ ਛੋਟਾ ਮੋਟਾ ਕੋਈ ਕੰਮ ਸਿੱਖ ਕੇ ਆਓ ਭਾਜੀ ਮਤਲਬ ਕਾਹਦਾ ਕਿਹੜਾ ਕਿਹੜੇ ਕਿਹੜੇ ਕੰਮ ਦੀ ਜ਼ਿਆਦਾ ਮੰਗ ਆ ਜਿੱਦਾਂ ਮੰਨ ਲਓ ਭਾਜੀ ਕਟਿੰਗ ਦਾ ਕੰਮ ਹੁੰਦਾ ਹਾਂ ਵਾਲ ਕੱਟਣ ਦਾ ਕੰਮ ਆ ਜ਼ਿਆਦਾ ਜਿਹੜਾ ਮੰਨ ਲਓ ਇੱਥੇ ਪੈਸੇ ਬਥੇਰੇ ਆ ਸੁੱਕੇ ਪੈਸੇ ਜਿਹਨੂੰ ਕਹਿੰਦੇ ਆ ਉਹ ਕਟਿੰਗ ਦੇ ਕੰਮ ਨੇ ਬੱਚਿਆ ਥੋੜਾ ਮੋਟਾ ਇਹ ਆ ਵੀ ਜਿੱਦਾਂ ਆਪਾਂ ਨੂੰ ਸਕੀਮ ਸਕੂਮ ਕਰਨੀ ਆਉਂਦੀ ਹੋਵੇ ਪੱਟੀ ਕਰ ਦਿੰਦੀ ਆ ਰੰਗ ਰੂੰਗ ਦੇ ਉਹ ਕਰਨੀ ਆਉਣੀ ਚਾਹੀਦੀ ਆ ਥੋੜੀ ਮੋਟੀ ਭਾਜੀ ਫਿਰ ਬਿਲਡਰਮ ਦੇ ਨਾਲ ਥੋੜਾ ਮੋਟਾ ਇਹ ਆ ਤੇ ਮਿਸਤਰੀ ਮੁਸਤਰੀ ਥੋੜਾ ਮੋਟਾ ਕੰਮ ਆਉਂਦਾ ਤੇ ਫਿਰ ਸਾਹਮਣੇ ਵਧੀਆ ਪਲੰਬਰ ਦਾ ਕੰਮ ਸਾਹਮਣਾ ਭਾਜੀ ਵਧੀਆ ਹੈ ਅੱਛਾ ਹਾਂਜੀ ਪਲੰਬਰ ਦਾ ਟੈਲਾਂ ਲਾਉਣ ਦਾ ਹੋ ਗਿਆ ਜਿਹਨੇ
ਸਹੀ ਹੈ ਭਾਜੀ ਕੰਮ ਹੈਗਾ ਸਾਰੇ ਕਈ ਐਵੇਂ ਨੈਗੇਟਿਵਿਟੀ ਫਲਾਈ ਜਾਂਦੇ ਕੰਮ ਹੈ ਨਹੀਂ ਭਾਜੀ ਕੰਮ ਹੈਗਾ ਤੇਰਾ ਕੰਮ ਕਰਨ ਵਾਲੇ ਤਾਂ ਸਾਰਾ ਕੁਝ ਹੈ ਹੁਣ ਕਈ ਬੰਦੇ ਜਿਹੜਾ ਇੰਡੀਆ ਕੰਮ ਨਹੀਂ ਕੀਤਾ ਮੈਂ ਵੀ ਇੰਡੀਆ 'ਚ ਤਾਂ ਕੰਮ ਨਹੀਂ ਕੀਤਾ ਪਰ ਇੰਨਾ ਚਲੋ ਇੱਥੇ ਆ ਕੇ ਕੰਮ ਮਿਲ ਗਿਆ ਸੀ ਕੰਮ ਕਰਦੇ ਹਾਂ ਤੇ ਹੁਣ ਜਿਹੜੇ ਬੰਦੇ ਭਾਜੀ ਪਿੱਛੋਂ ਆਏ ਨਾ ਇਸ ਕਰਕੇ ਆਉਂਦੇ ਆ ਤੇ ਇੱਥੇ ਆ ਕੇ ਹੁਣ ਕੰਮ ਕਈਆਂ ਨੂੰ ਪਸੰਦ ਨਹੀਂ ਆਉਂਦਾ ਪਰ ਫਿਰ ਕੰਮ ਪਸੰਦ ਨਹੀਂ ਆਉਂਦਾ ਫਿਰ ਉਹ ਸਾਰੇ ਜਣੇ ਇਹੀ ਰੌਲੀ ਪਾਉਂਦੇ ਆ ਵੀ ਪਿੱਛੇ ਕੰਮ ਹੈ ਨਹੀਂ ਕੰਮ ਹੈ ਨਹੀਂ ਕੰਮ ਨਹੀਂ ਪਰ ਇੱਥੇ ਇਹ ਆ ਕਿ ਇਹ ਨਾ ਸੋਚੋ ਵੀ ਕੰਮ ਕਿਹੜਾ ਆ ਭਾਜੀ ਇੱਥੇ ਸਾਰਿਆਂ ਦੀ ਸਾਰੇ ਬਰਾਬਰ ਆ ਜੇ ਕੋਈ ਗੋਰਾ ਵੀ ਆ ਨਾ ਸਾਡੇ ਨਾਲ ਸੇਮ ਜੋਬ ਕਰਦਾ ਉਹ ਵੀ ਉਨੇ ਪੈਸੇ ਕਮਾਊਂਗਾ ਤੁਸੀਂ ਵੀ ਉਨੇ ਕਮਾਓਗੇ ਜੀ ਕਿਤੇ ਵੀ ਮਹੀਨੇ ਦੀ ਭਾਜੀ ਠੀਕ ਹੈ ਨਾ ਇਹ ਕੰਮ ਛੋਟਾ ਵੱਡਾ ਨਾ ਇੱਥੇ ਦੇਖੋ ਕੰਮ ਜਿਹੜਾ ਮਿਲਦਾ ਉਹ ਕਰੋ ਠੀਕ ਹੈ ਨਾ ਅਤੇ ਇੱਕ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਸਟੂਡੈਂਟਾਂ ਨੂੰ ਕਿ ਆਪਣਾ ਇੱਥੇ ਆ ਕੇ ਲਾਇਸੈਂਸ ਵਾਪਸ ਰੱਖਣਾ ਭਾਜੀ ਡਰਾਈਵਿੰਗ ਲਾਇਸੈਂਸ ਡਰਾਈਵਿੰਗ ਲਾਇਸੈਂਸ ਜਿੱਦਾਂ ਉਹਦੇ ਇੱਥੇ ਯੂਕੇ ਦੇ ਵਿੱਚ ਇੱਥੇ ਐਪ ਆ ਦੋ ਤਿੰਨ ਐਪ ਆ ਉਹਨਾਂ ਨੂੰ ਜਦੋਂ ਜਿਹਦਾ ਵੀਜ਼ਾ ਲੱਗ ਜਾਂਦਾ ਆ ਉਹ ਬੰਦਾ ਉਹ ਐਪਾਂ ਨੂੰ ਡਾਊਨਲੋਡ ਕਰੇ ਪੜੇ ਭਾਜੀ ਐਪਾਂ ਹੈਗੀਆਂ ਇੱਕ ਤਾਂ DVLA ਦੀ ਆਪਣੀ ਠੀਕ ਆ ਉਹ ਹੈਗੀ ਆ 5 ਕਰੋੜ ਦੀ ਹੁੰਦੀ ਆ ਇੱਥੇ ਠੀਕ ਆ ਤੇ ਇੱਕ ਫ੍ਰੀ 'ਚ ਆਉਂਦੀ ਹੈਗੀ ਆ ਤੇ ਥਿਊਰੀ 4-in-1 ਠੀਕ ਆ ਠੀਕ ਆ ਤੇ ਉਹਦੇ ਵਿੱਚ ਇੱਦਾਂ ਆ ਵੀ 50 ਕੁਐਸਚਨ ਹੁੰਦੇ ਆ ਤੇ ਉਹ ਪੜੇ ਆਪਣਾ ਇੱਥੇ ਆ ਕੇ ਭਾਜੀ ਲਾਇਸੈਂਸ ਪਾਸ ਕਰੂੰਗਾ ਨਾ ਭਾਜੀ ਬੰਦਾ ਤੇ ਉਹਦੇ ਲਈ ਫਿਰ ਡਿਲੀਵਰੀ ਜੋਬਾਂ ਬੈਨਾਂ ਦੀਆਂ ਜੋਬਾਂ ਭਾਜੀ DHL 'ਚ ਕੰਮ ਇੱਦਾਂ ਕੰਮ ਜੋਬਾਂ ਬਹੁਤ ਮਿਲ ਜਾਂਦੀਆਂ ਉਹਦੇ ਲਈ ਹੋਰ ਓਪਰਚੁਨਿਟੀ ਵੱਧ ਜਾਂਦੀ ਆਪਾਂ ਨੂੰ ਸਹੀ ਆ ਠੀਕ ਆ ਜਿੱਦਾਂ ਉਬਰ ਦੀਆਂ ਡਿਲੀਵਰੀ ਡਰੂਵੀਆਂ ਬੰਦਾ ਕਰ ਸਕਦਾ ਗੱਡੀ ਲੈ ਕੇ ਸਹੀ ਆ ਤੇ ਇੱਕ ਚੀਜ਼ ਜਿੱਦਾਂ ਹੁਣ ਮੰਨ ਲਓ ਕਿਸੇ ਨੇ ਹੱਲੇ ਚਲੋ ਉਹ ਤਾਂ ਜਦੋਂ ਵੀਜ਼ਾ ਲੱਗ ਗਿਆ ਇੱਥੇ ਆਊਗਾ ਫਿਰ ਉਹ ਇੱਥੇ ਆ ਕੇ ਟੈਸਟ ਦਊਗਾ ਜੇ ਇਨ ਕੇਸ ਉਹ ਇੰਡੀਆ ਤੋਂ ਜਿਹੜਾ 4000 ਰੁਪਏ ਲੱਗਦਾ ਇੰਟਰਨੈਸ਼ਨਲ ਲਾਇਸੈਂਸ ਕਰਾ ਕੇ ਆਉਂਦਾ ਤੇ ਉਹ ਲਾਇਸੈਂਸ ਕਰਾ ਕੇ ਆ ਕੇ ਜੇ ਉਹਦੇ ਕੋਲ ਕੰਮ ਕਰਨ ਦੀ ਪਰਮਿਸ਼ਨ ਹੋਵੇ ਫਿਰ ਵੀ ਉਹ ਡਿਲੀਵਰੀ ਵਗੈਰਾ ਇਦਾਂ ਦੇ ਕੰਮ ਕਰ ਸਕਦਾ ਲਾਇਸੈਂਸ ਜੀ ਇੰਟਰਨੈਸ਼ਨਲ ਲਾਇਸੈਂਸ ਹੋਵੇ ਜੇ ਜਿੱਦਾਂ ਭਾਜੀ ਜਿੱਦਾਂ ਊਬਰ ਵਾਲੇ ਹੋ ਗਏ ਉਹ ਤਾਂ ਭਾਜੀ ਜਿੱਦਾਂ ਇੰਟਰਨੈਸ਼ਨਲ ਲਾਇਸੈਂਸ ਦੇ ਨਹੀਂ ਕਰਦੇ ਹੈਗੇ ਭਾਜੀ ਅੱਛਾ ਉਹ ਇੱਥੇ ਯੂਕੇ ਦੇ ਸਾਨੂੰ ਲਾਇਸੈਂਸ ਚਾਹੀਦਾ ਕੋਲ ਠੀਕ ਆ ਠੀਕ ਆ ਜਿੱਦਾਂ ਹੁਣ ਕਈ ਕੰਪਨੀਆਂ ਜਿੱਦਾਂ ਅਸਲ ਦੇ ਵਿੱਚ ਇੱਥੇ ਕੰਮ ਜਿੱਦਾਂ ਸਾਰਾ ਮਿਲਦਾ ਹੈਗਾ ਆਪਾਂ ਨੂੰ ਏਜੰਸੀਆਂ ਦੇ ਥਰੂ ਹਾਂ ਠੀਕ ਹੈ ਨਾ ਸਾਨੂੰ ਮੇਲ ਦੇਣੀ ਪੈਂਦੀ ਏਜੰਸੀਆਂ ਦੇ ਵਿੱਚ ਹਾਂ ਉੱਥੋਂ ਸਾਨੂੰ ਕੰਮ ਮਿਲਦਾ ਕਈ ਏਜੰਸੀਆਂ ਇੰਟਰਨੈਸ਼ਨਲ ਲਾਇਸੈਂਸ ਲੈ ਲੈਂਦੀਆਂ ਭਾਜੀ ਤੇ ਲੇਬੀਆਂ ਡਿਲੀਵਰੀਆਂ ਕਰਨੇ ਹਾਂ ਠੀਕ ਆ ਤੇ ਉਹਦੇ ਵਿੱਚ ਕੰਮ ਹੋ ਜਾਂਦਾ ਪਰ ਇਹਦੇ ਵਿੱਚ ਇਹ ਆ ਭਾਜੀ ਇੰਟਰਨੈਸ਼ਨਲ ਲਾਇਸੈਂਸ ਦਾ ਇਹ ਫਾਇਦਾ ਆ ਇੱਕ ਤਾਂ ਤੁਸੀਂ ਇੱਥੇ ਤੇ ਗੱਡੀ ਮੰਨ ਲਓ ਹਫ਼ਤੇ ਦੋ ਹਫ਼ਤੇ ਦੇ ਵਿੱਚ ਗੱਡੀ ਚਲਾਉਣੀ ਸਿੱਖ ਲਓਗੇ ਗੱਡੀ ਲੈ ਕੇ ਇੱਕ ਇਹ ਆ ਵੀ ਤੁਹਾਨੂੰ ਕਿਤੇ ਦੂਰ ਜੌਬ ਕਰਨ ਜਾਣੀ ਆ ਤੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੋਊਗੀ ਉੱਥੇ ਟ੍ਰਾਂਸਪੋਰਟ ਜਦੋਂ ਹੁਣ ਅਸੀਂ ਇੱਥੋਂ ਜੇ ਦੂਰ ਜੇ ਕਿਤੇ ਵੀ ਜਾਣਾ ਹੋਵੇ ਬੱਸ ਦੇ ਵਿੱਚ ਹੋਵੇ ਤੇ ਨਾਰਮਲ ਭਾਜੀ ਘੰਟਾ ਡੇਢ ਘੰਟਾ ਸਾਡਾ ਖਰਾਬ ਹੋ ਜਾਂਦਾ ਜੇ ਸਾਡੇ ਕੋਲ ਗੱਡੀ ਹੋਊਗੀ ਉਹੀ ਤੁਸੀਂ 20 ਮਿੰਟ ਦੇ ਵਿੱਚ ਪਹੁੰਚੋਗੇ ਗੱਡੀ ਦਾ ਇਹ ਫਾਇਦਾ ਲਾਇਸੈਂਸ ਦਾ ਇੱਕ ਜਿੱਦਾਂ ਜੇ ਲਾਇਸੈਂਸ ਹੋਵੇ ਇੰਟਰਨੈਸ਼ਨਲ ਲਾਇਸੈਂਸ ਹੋਵੇ ਉਹ ਕੰਮ ਆਉਂਦਾ ਕਿ ਨਹੀਂ ਹਾਂਜੀ ਭਾਜੀ ਪੂਰਾ ਕੰਮ ਆਉਂਦਾ ਠੀਕ ਆ ਮਤਲਬ ਪਹਿਲਾਂ ਉਹ ਵੀ ਕੰਮ ਆ ਸਕਦਾ ਤੇ ਜੇ ਤੁਸੀਂ ਉੱਥੋਂ ਲਾਇਸੈਂਸ ਪਾਸ ਕਰਕੇ ਆਓ ਤਾਂ ਵਧੀਆ ਗੱਲ ਆ ਹਾਂਜੀ ਹਾਂਜੀ ਜਿਹੜੀ ਥਿਊਰੀ ਐਪ ਵਗੈਰਾ ਪੜ੍ਹ ਕੇ ਆਓ ਥਿਊਰੀ ਐਪ ਪੜ੍ਹ ਕੇ ਆਓ ਇੱਥੇ ਆਂਦੇ ਹੀ ਤੁਸੀਂ ਟੈਸਟ ਦੇ ਸਕਦੇ ਆ ਹਨਾ ਹਾਂਜੀ ਹਾਂਜੀ ਟੈਸਟ ਦੇ ਸਕਦੇ ਆ ਇੱਥੇ ਵਧੀਆ ਵੀ ਜਿੱਦਾਂ ਹੁਣ ਤੁਸੀਂ ਇੱਥੇ ਪੜ੍ਹ ਕੇ ਲਓਗੇ ਤਾਂ ਉਹ ਸਭ ਨਾਲ ਵਧੀਆ ਭਾਜੀ ਉਹਨਾਂ ਦੇ ਸਾਫ ਵਿੱਚ ਤੇ ਇੱਕ ਪਾਉਣ ਦੇ ਵਿੱਚ ਸਾਰਾ ਸਾਡਾ ਕੰਮ ਹੋ ਜਾਂਦਾ ਸਹੀ ਆ ਠੀਕ ਆ ਨਾ ਬਾਕੀ ਇਹ ਆ ਵੀ 2 ਨੰਬਰ ਵਾਲਾ ਕੰਮ ਤਾਂ ਕਰਨਾ ਚਾਹੀਦਾ ਨਹੀਂ ਹੈਗਾ ਕਿਉਂ ਇੱਥੇ ਬਹੁਤ ਬੰਦੇ ਫੜ ਹੋਏ ਜੇ ਫੜ ਹੋ ਗਏ ਸਾਡੇ ਭਾਜੀ ਪੇਪਰ ਖਰਾਬ ਹੋ ਜਾਂਦੇ ਇਹਨਾਂ ਪੜ੍ਹ ਕੇ ਬੰਦਾ ਸਭ ਨਾਲ ਸੁੱਖ ਹੈ ਸਹੀ ਆ ਠੀਕ ਆ ਨਾ ਉਹਦੇ ਵਿੱਚ ਇਹ ਆ ਵੀ ਬੰਦਾ ਪੜ੍ਹਨਾ ਚਾਹੀਦਾ ਫਿਰ ਟਰਾਲਾ ਟਰੂਲਾ ਵੀ ਇੱਥੇ ਪਾਸ ਹੋ ਜਾਂਦਾ ਆਰਾਮ ਨਾਲ ਸੁੱਖ ਹੈ ਭਾਜੀ ਸਹੀ ਆ ਤੇ ਜਿਹੜੀਆਂ ਆਪਣੀਆਂ ਉੱਥੋਂ ਪੰਜਾਬ ਤੋਂ ਜਾਂ ਹੋਰ ਵੀ ਇੰਡੀਆ ਤੋਂ ਕੁੜੀਆਂ ਜਿਹੜੀਆਂ ਇਕੱਲੀਆਂ ਆਉਣੀਆਂ ਉਹਨਾਂ ਲਈ ਕਿੰਨਾ ਔਖਾ ਆ ਇਹ ਕੰਟਰੀਆਂ ਦੇ ਵਿੱਚ ਆ ਕੇ ਸਰਵਾਈਵ ਕਰਨਾ ਭਾਜੀ ਇੱਥੇ ਆ ਕੇ ਕੁੜੀਆਂ ਦਾ ਥੋੜਾ ਜਿਹਾ ਫਿਊਚਰ ਔਖਾ ਆ ਭਾਜੀ ਕਿਉਂ ਭਾਜੀ ਸਟਰਗਲ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ ਇੱਥੇ ਕਿਉਂ ਕੁੜੀਆਂ ਦੀ ਲਾਈਫ ਬਹੁਤ ਟਫ ਹੈ ਇੱਥੇ ਹੁਣ ਚਲੋ ਮੰਨ ਲਓ ਸਟੂਡੈਂਟ ਆਉਂਦੀ ਕੁੜੀ ਕੋਈ ਠੀਕ ਆ ਨਾ ਉਹ ਇੱਥੇ ਕੁਝ ਨਹੀਂ ਕਰ ਸਕਦੀ ਉਹ ਸਿਰਫ ਭਾਜੀ ਹੁਣ ਟੇਕਵਿਆਂ ਤੇ ਰੈਸਟੋਰੈਂਟਾਂ ਤੇ ਕੰਮ ਕਰ ਸਕਦੀ ਆ ਉੱਥੇ ਇੰਨਾ ਮੁੱਲ ਹੈ ਨਹੀਂ ਭਾਜੀ ਉਹਦਾ ਕੰਮ ਦਾ ਠੀਕ ਆ ਹੁਣ ਕੋਈ ਤੁਹਾਨੂੰ ਘੰਟੇ ਦੇ ਕੋਈ 5 ਪਾਉਂਡ ਦਿੰਦਾ ਕੋਈ 7 ਪਾਉਂਡ ਦਿੰਦਾ ਕੋਈ ਉਹ ਨਹੀਂ ਹੈਗਾ ਭਾਜੀ ਹੁਣ ਜਦੋਂ ਮੁੰਡਾ ਆਉਂਦਾ ਆ ਸਟੂਡੈਂਟ ਆਵੇ ਭਾਵੇਂ ਇੰਡੀਪੈਂਡੈਂਟ ਆਵੇ ਨਹੀਂ ਹੈਗਾ ਤੇ ਉਹ ਬਿਲਡਰ ਨਾਲ ਦਿਹਾੜੀ ਲਾ ਸਕਦਾ ਕਿਤੇ ਸਹੀ ਗੱਲ ਤੇ ਆਪਣੇ CSE ਤੇ ਜਾ ਸਕਦਾ ਇਹ ਆ ਵੀ ਮੁੰਡਿਆਂ ਨੂੰ ਓਪਰਚੁਨਿਟੀਆਂ ਥੋੜੀਆਂ ਜ਼ਿਆਦਾ ਆ ਕੁੜੀਆਂ ਨੂੰ ਥੋੜਾ ਘੱਟ ਆ ਭਾਜੀ ਸਹੀ ਆ ਕੰਮ ਚਲੋ ਹੈਗਾ ਸਾਰੇ ਪਾਸੇ ਕੁੜੀਆਂ ਇੱਥੇ ਜ਼ਿਆਦਾ ਕੇਅਰ ਦੇ ਵਿੱਚ ਕੰਮ ਕਰਦੀਆਂ ਸਹੀ ਆ ਆਪਣੇ ਜਿੱਦਾਂ ਜਿਹੜੀਆਂ ਨਰਸਾਂ ਆਉਂਦੀਆਂ ਉਹਨਾਂ ਦਾ ਭਾਜੀ ਇੱਥੇ ਬਹੁਤ ਫਾਇਦਾ ਆ ਸਹੀ ਆ ਰਜਿਸਟਰਡ ਨਰਸ ਜਿਹੜੀ ਜਿੱਦਾਂ ਆਉਂਦੀ ਆ ਉਹਨਾਂ ਦਾ ਬਹੁਤ ਫਾਇਦਾ ਆ ਇੱਥੇ ਆਪਾਂ ਹਸਪੀਟਲਾਂ ਦੇ ਵਿੱਚ ਕੰਮ ਮਿਲ ਜਾਂਦਾ ਬਹੁਤ ਵਧੀਆ ਆਪਣਾ ਠੀਕ ਆ ਠੀਕ ਆ ਹੋਰ ਬਾਕੀ ਇਹ ਹੋਮ ਕੇਅਰਾਂ ਦੇ ਵਿੱਚ ਕੰਮ ਬਹੁਤ ਆ ਸਹੀ ਆ ਇਹ ਆਵੇ ਪਰ ਸਾਰਿਆਂ ਨੂੰ ਸਟੂਡੈਂਟ ਇਦਾਂ ਆ ਭਾਜੀ ਥੋੜਾ ਜਿਹਾ ਮੈਂ ਇਹ ਕਹੂੰਗਾ ਵੀ ਸਟੂਡੈਂਟਾਂ ਦੀਆਂ ਆਪਣੀਆਂ ਵੀ ਗਲਤੀਆਂ ਜਿਹੜਾ ਕੰਮ ਨਹੀਂ ਮਿਲਦਾ ਹੈਗਾ ਹਾਂ ਸਟੂਡੈਂਟ ਦੀਆਂ ਇਸ ਕਰਕੇ ਗਲਤੀਆਂ ਆ ਤੇ ਉਹ ਫਿਰ ਕੰਮ ਛੱਡ ਕੇ ਚੱਲ ਜਾਂਦੇ ਵਿੱਚ ਭਾਜੀ ਜਵਾਬ ਦੇ ਜਾਂਦੇ ਹੁਣ ਅੱਛਾ ਹੁਣ ਕਿਸੇ ਏਜੰਸੀ ਨੇ ਸਟੂਡੈਂਟ ਚਲੋ ਕੀਤਾ ਆ ਜੇ ਉਹਨਾਂ ਨੂੰ ਐਮਰਜੈਂਸੀ ਕਿਸੇ ਦੀ ਲੋੜ ਪੈ ਗਈ ਆ ਉਹ ਫਿਰ ਹਾਮੀ ਭਰ ਕੇ ਆਉਂਦੇ ਨਹੀਂ ਆ ਕਿ ਉਹ ਕਹਿੰਦੇ ਸੀ ਹੋਰ
ਤੋਂ ਸਟੂਡੈਂਟ ਫੇ ਚਲੋ ਸਾਰਿਆਂ ਨੂੰ ਇਹ ਆ ਵੀ ਪੈਸਾ ਤਾਂ ਦੇਖਣਾ ਹੀ ਹੁੰਦਾ ਬਿਲਕੁਲ ਬਿਲਕੁਲ ਤੇ ਉਹ ਫੇਸ ਕਰਕੇ ਇੱਕ ਜਣ ਦੇ ਨਾਲ ਨਾਲ ਤੇ 100 ਬੰਦਾ ਮਰ ਜਾਂਦਾ ਭਾਜੀ ਸਟੂਡੈਂਟ ਮਗਰ ਹੈ ਤਾਂ ਉਹ ਰਿਕਾਰਡ ਹੀ ਖਰਾਬ ਹੁੰਦਾ ਨਾ ਜਦੋਂ ਬੰਦਾ ਇੱਕ ਜਗ੍ਹਾ ਤੋਂ ਕੰਮ ਛੱਡ ਜਾਂਦਾ ਖੜੇ ਪਰ ਜਵਾਬ ਦੇ ਦੇਵੇ ਉਹ ਮਤਲਬ ਉਹਦਾ ਰਿਕਾਰਡ ਦੇ ਵਿੱਚ ਸਾਰਾ ਕੁਝ ਬੋਲਦਾ ਹੀ ਰਹਿੰਦਾ ਨਾ ਮੈਨੇ ਇੱਥੋਂ ਕੰਮ ਛੱਡਿਆ ਇੱਥੋਂ ਕੰਮ ਛੱਡਿਆ ਹਾਂਜੀ ਪਰ ਆਪਣੇ ਬੰਦੇ ਕਈ ਵਾਰੀ ਯਾਰ ਮੋਸਟਲੀ ਇਦਾਂ ਹੁੰਦਾ ਜੇ ਤਾਂ ਲਾਈ ਲੱਗ ਵੀ ਹੋ ਜਾਂਦੇ ਯਾਰ ਤੂੰ ਉੱਥੇ ਕੰਮ ਕਰਦਾ ਮੈਂ ਵੀ ਤੇਰੇ ਨਾਲ ਹੀ ਕਰਨਾ ਹੈ ਨਾ ਅਸਲ ਦੇ ਵਿੱਚ ਭਾਜੀ ਇੱਥੇ ਮੈਂ ਇਹ ਗੱਲ ਪਹਿਲਾਂ ਕਹੂੰਗਾ ਕਿ ਕਿਸੇ ਦੇ ਮਗਰ ਨਾ ਲੱਗੋ ਭਾਜੀ ਜੇ ਇਹ ਨਹੀਂ ਕੰਟਰੀਆਂ ਦੇ ਵਿੱਚ ਚਲੋ ਤੁਸੀਂ ਆ ਕੇ ਸਟਰਗਲ ਆ ਜਿੱਦਾਂ ਹੁਣ ਪਹਿਲਾਂ ਕਰਦੇ ਆ ਆਪਾਂ ਚਲੋ ਸਟਰਗਲ ਨਹੀਂ ਕਹਿ ਸਕਦੇ ਮਿਹਨਤ ਆ ਹਾਂ ਮਿਹਨਤ ਆਪਾਂ ਕਰਦੇ ਆ ਇਹਦੇ ਵਿੱਚ ਇਹ ਪਹਿਲਾਂ ਮੈਂ ਇਹ ਤੁਹਾਨੂੰ ਕਹੂੰਗਾ ਵੀ ਆ ਕੇ ਕਿਸੇ ਵੱਲ ਦੇਖ ਕੇ ਆਪਣੀ ਲਾਈਫ ਨਾ ਜੀਓ ਜਿੱਦਾਂ ਹੁਣ ਕਿਸੇ ਨੂੰ 2 ਸਾਲ ਹੋ ਗਏ ਕਿਸੇ ਨੂੰ 12 ਸਾਲ ਹੋ ਗਏ ਜੇ ਤੁਸੀਂ ਕਹੋਗੇ ਹਾਂ ਜੀ ਉਹਨੇ ਗੱਡੀ BMW ਲਈ ਹੋ ਤੇ ਮੈਂ ਵੀ BMW ਲੈਣੀ ਆ ਪਰ ਆਪਣੇ ਖਰਚੇ ਦੇਖੋ ਭਾਜੀ ਸਹੀ ਗੱਲ ਠੀਕ ਆ ਨਾ ਆਪਣੇ ਜਿੰਨੇ ਚਾਦਰ ਦੇਖ ਕੇ ਪੈਰ ਵਸਾਰੋ ਸਹੀ ਗੱਲ ਜਦੋਂ ਇੱਥੇ ਜਿੱਦਾਂ ਹੁਣ ਮੋਸਟਲੀ ਜਿੱਦਾਂ ਚਲੋ ਜਿਹੜਾ ਸਾਊਥ ਵਾਲਾ ਤਾਂ ਘਰ ਵਗੈਰਾ ਬਹੁਤ ਔਖੇ ਮਿਲਦੇ ਆ ਜਿੱਦਾਂ ਕਈ ਆਉਂਦੇ ਆ ਤੇ ਉਹਨਾਂ ਨੂੰ 1-2 ਦਿਨ ਗੁਰੂ ਘਰ ਦੇ ਵਿੱਚ ਉਹ ਰਹਿਣ ਵੀ ਦੇ ਦਿੰਦੇ ਆ ਤੇ ਇੱਥੇ ਵੀ ਗੁਰੂ ਘਰਾਂ ਦੇ ਵਿੱਚ ਇਦਾਂ ਦਾ ਪ੍ਰਬੰਧ ਹੈਗਾ ਜਾਂ ਫਿਰ ਇੱਥੇ ਹੈਗਾ ਇਦਾਂ ਦਾ ਪ੍ਰਬੰਧ ਹਾਂਜੀ ਭਾਜੀ ਹੈਗਾ ਆ ਪਰ ਗੁਰੂ ਘਰ ਵਾਲੇ ਵੀ ਭਾਜੀ 1-2 ਬੰਦਿਆਂ ਨੂੰ ਰੱਖ ਸਕਦੇ ਆ ਜਿੱਦਾਂ ਹੁਣ ਮਤਲਬ ਇੱਥੇ ਇਦਾਂ ਆ ਵੀ ਲਿਮਿਟਡ ਜਿਹਾ ਘਰ ਹੁੰਦੇ ਆ ਗੁਰੂ ਘਰ ਮੁੱਲ ਵੀ ਉਨੇ ਕੁ ਕਮਰੇ ਹੁੰਦੇ ਆ ਜੇ ਹੁਣ ਇਹ ਕਹਿੰਦੇ ਆ ਵੀ ਆਖ ਸਟੂਡੈਂਟ 10-20 ਖੜ ਜਾਣ ਉੱਥੇ ਤੇ ਉਹ ਬਹੁਤ ਪ੍ਰੋਬਲਮ ਆਉਂਦੀ ਆ ਪਰ ਮੈਂ ਤਾਂ ਇਹੀ ਕਹੂੰਗਾ ਭਾਜੀ ਆਪਣੇ ਰਿਲੇਟਿਵ ਕੋਲ ਜਾਂ ਆਪਣੇ ਫਰੈਂਡ ਕੋਲ ਪਹਿਲਾਂ ਪੱਕਾ ਬੰਦੋਬਸਤ ਕਰਕੇ ਆਓ ਜਿਹਦੇ ਕੋਲ ਜਾਣਾ ਹੈ ਤੇ ਇੱਕ ਜਿੱਦਾਂ ਹੁਣ ਸਾਊਥ ਹਲਵਾਲ ਤਾਂ ਦੇਖਿਆ ਜਿਹੜੇ ਬਹੁਤ ਸਾਰੇ ਮੋਸਟਲੀ ਸਟੂਡੈਂਟ ਆ ਤੇ ਉੱਥੇ ਜਿੱਦਾਂ ਗੁਰੂ ਘਰਾਂ ਦੇ ਵਿੱਚ ਪ੍ਰਸ਼ਾਦਾ ਛਕਦੇ ਆ ਉੱਥੇ ਕੋਈ ਮਨਾਹੀ ਨਹੀਂ ਹੈਗੀ ਤੇ ਉੱਥੇ ਮੈਨੂੰ ਇੱਕ ਮੁੰਡਾ ਦੱਸਦਾ ਸੀ ਵੀ ਤੁਸੀਂ ਤੁਹਾਡੇ ਕੋਲ ਜੇ ਕੰਮ ਤੇ ਲੈ ਕੇ ਜਾਣ ਨੂੰ ਵੀ ਤੁਹਾਡੇ ਕੋਲ ਰੋਟੀ ਨਹੀਂ ਹੈਗੀ ਤੇ ਤੁਸੀਂ ਆਪਣਾ ਟਿਫਨ ਲੈ ਜਾਓ ਉਹ ਵੀ ਪੈਕ ਕਰਕੇ ਦੇ ਦਿੰਦੇ ਆ ਇੱਧਰ ਵਾਲੀ ਸਾਈਡ ਵੀ ਇਦਾਂ ਹੀ ਆ ਗੁਰੂ ਘਰਾਂ ਦਾ ਪ੍ਰਬੰਧ ਹਾਂਜੀ ਭਾਜੀ ਹੈਗਾ ਆ ਸਹੀ ਆ ਇਹ ਇੱਧਰ ਵੀ ਹੈਗਾ ਆ ਇੱਕ ਫੇਰ ਤੇ ਟਿਫਨ ਵੀ ਲੱਗ ਜਾਂਦੇ ਭਾਜੀ ਸਹੀ ਆ ਟਿਫਨ ਸਰਵਿਸ ਵੀ ਹੈਗੀ ਸਾਰੇ ਪਾਸੇ ਟਿਫਨ ਸਰਵਿਸ ਤਾਂ ਚਲੋ ਜਦੋਂ ਬੰਦਾ ਕਮਾਉਂਦਾ ਫਿਰ ਤਾਂ ਖਾ ਹੀ ਲੈਂਦਾ ਜਦੋਂ ਇਹਨਾਂ ਚਿਰ ਕੰਮ ਨਹੀਂ ਮਿਲਦਾ ਉਸ ਵੇਲੇ ਔਖਾ ਹੁੰਦਾ ਨਾ ਜਾਂ ਫਿਰ ਕਈ ਵਾਰੀ ਇਦਾਂ ਹੁੰਦਾ ਕਿ ਬੰਦਾ ਰਾਤ ਨੂੰ ਲੇਟ ਨਾਈਟ ਕੰਮ ਤੋਂ ਆਉਂਦਾ ਉਹ ਫਿਰ ਬੰਦਾ ਕਹਿੰਦਾ ਕਿੱਥੋਂ ਪਕਾਉਣੀ ਚੱਲ ਗੁਰੂ ਘਰੋਂ ਲੈ ਜਾਂਦੇ ਆ ਲੰਗਰ ਜਦੋਂ ਮਿਲਦਾ ਤਾਂ ਉੱਥੋਂ ਮਿਲ ਜਾਂਦਾ ਗੁਰੂ ਘਰ ਇੱਥੇ ਵੀ ਰੋਕ ਟੋਕ ਤਾਂ ਨਹੀਂ ਹੈਗੀ ਕੋਈ ਰੋਕ ਮਤਲਬ ਕਹਿ ਸਕਦੇ ਕਿ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਵੀ ਆਏ ਆ ਉਹਨਾਂ ਨੇ ਜੇ ਇੱਥੇ ਗੁਰੂ ਘਰ ਬਣਾਏ ਆ ਉਹਨਾਂ ਗੁਰੂ ਘਰਾਂ ਦਾ ਆਪਾਂ ਸਾਰਿਆਂ ਨੂੰ ਫਾਇਦਾ ਤਾਂ ਹੈਗਾ ਹੀ ਆ ਜਿੰਨੇ ਵੀ ਪੰਜਾਬੀ ਆਉਂਦੇ ਜਾਂ ਇੰਡੀਅਨਸ ਆਉਂਦੇ ਹਨਾ ਭਾਜੀ ਅੱਧੇ ਇੰਗਲੈਂਡ ਨੂੰ ਤਾਂ ਆਪਾਂ ਜੀ ਗੁਰੂ ਸਾਂਭਿਆ ਸਾਰਿਆਂ ਨੇ ਕਿਉਂ ਬਹੁਤ ਕੱਚੇ ਬੰਦੇ ਸਟੂਡੈਂਟ ਹੋ ਗਏ ਉਹ ਗੁਰਦੁਆਰੇ ਹੀ ਰੋਟੀ ਖਾਂਦੇ ਸਾਰਾ ਕੁਝ ਗੁਰਦੁਆਰੇ ਬਿਲਕੁਲ ਕਿਉਂਕਿ ਸਟੂਡੈਂਟ ਵੀ ਜਿਹੜੇ ਜਿਹੜੇ ਤਾਂ ਗਾਹਾਂ ਜਿਹਨਾਂ ਦੇ ਚਲੋ ਪੇਪਰ ਸਿੱਧੇ ਰਹਿੰਦੇ ਆ ਜਿਹੜੇ ਸਟੱਡੀ ਕੰਪਲੀਟ ਕਰ ਲੈਂਦੇ ਉਹਨਾਂ ਲਈ ਤਾਂ ਵੱਡਾ ਕਈਆਂ ਨੂੰ ਮਜਬੂਰੀ ਬਸ ਕਈਆਂ ਤੋਂ ਫੀਸਾਂ ਨਹੀਂ ਪੂਰੀਆਂ ਹੁੰਦੀਆਂ ਕਈ ਮਜਬੂਰੀ ਬਸ ਕਈ ਵਾਰੀ ਕਿਸੇ ਦੇ ਕੋਈ ਸੱਟ ਚੋਟ ਲੱਗ ਗਈ ਉਹ ਕੰਮ ਨਹੀਂ ਕਰ ਸਕਦਾ ਤੇ ਉਹਦੀ ਫਿਰ ਫੀਸ ਦੇਣੋਂ ਰਹਿ ਜਾਂਦੀ ਤੇ ਉਹਨੂੰ ਮਜਬੂਰੀ ਬਸ ਇਲੀਗਲ ਹੋਣਾ ਹੋ ਜਾਂਦਾ ਹੋਣਾ ਪੈ ਜਾਂਦਾ ਕਿਉਂਕਿ ਇੰਡੀਆ ਤੋਂ ਪਹਿਲਾਂ ਪੈਸੇ ਲਾ ਕੇ ਆਇਆ ਹੁੰਦਾ ਹੋਰ ਬੰਦਾ ਘਰੋਂ ਕਿੰਨੇ ਕੁ ਮੰਗਾ ਲਵੇ ਹਨਾ ਹਾਂਜੀ ਹਾਂਜੀ ਤੇ ਫਿਰ ਇਦਾਂ ਦੇ ਬੰਦਿਆਂ ਲਈ ਗੁਰੂ ਘਰ ਆਪਣੇ ਸਹਾਰਾ ਬਣਦੇ ਆ ਹਾਂਜੀ ਹਾਂਜੀ ਗੁਰੂ ਘਰ ਬਹੁਤ ਭਾਜੀ ਇੱਥੇ ਗੁਰੂ ਘਰ ਬਹੁਤ ਸਾਰਾ ਕੁਝ ਇੱਥੇ ਸਾਰਾ ਕੁਝ ਦਿੰਦਾ ਜੀ ਸਹੀ ਆ ਸਹੀ ਆ ਸਹੀ ਆ ਤਾਂ ਉਹੀ ਆਪਾਂ ਗੱਲ ਕਰਦੇ ਸੀ ਕਿ ਜਿਹੜੇ ਸਾਡੇ ਪੁਰਾਣੇ ਬਜ਼ੁਰਗ ਆਏ ਹੋ ਆ ਜੇ ਉਹਨਾਂ ਨੇ ਇਹਨਾਂ ਕੰਟਰੀਆਂ 'ਚ ਆ ਕੇ ਤਰੱਕੀ ਕੀਤੀ ਆ ਉਹਨਾਂ ਨੇ ਗੁਰੂ ਘਰ ਬਣਾਏ ਆ ਤੇ ਉਹ ਅੱਜ ਉਹ ਗੁਰੂ ਘਰ ਜਿਹੜੇ ਸਾਡੇ ਨਵੇਂ ਜਵਾਕ ਆਉਂਦੇ ਆ ਉਹਨਾਂ ਦਾ ਸਹਾਰਾ ਵੀ ਬਣਦੇ ਆ ਬਹੁਤ ਸਹਾਰਾ ਬਣਦੇ ਭਾਜੀ ਸਹੀ ਆ ਤੇ ਹੋਰ ਕੋਈ ਗੱਲਬਾਤ ਜ਼ਰੂਰੀ ਹੋਵੇ ਬਸ ਗੱਲਬਾਤ ਭਾਜੀ ਇਹੀ ਆ ਆਓ ਸਹੀ ਆ ਤੇ ਨਜ਼ਾਰੇ ਲਓ ਸਾਰੇ ਜਾਣੇ ਆ ਕੇ ਇੱਥੇ ਜ਼ਿੰਦਗੀ ਦੇਖੋ ਇੱਥੇ ਦੀ ਸਹੀ ਬਹੁਤ ਸੋਹਣੀ ਜ਼ਿੰਦਗੀ ਆ ਜੀ ਸਹੀ ਆ ਤੇ ਇਹ ਅਜੇ ਬਾਈ ਪਹਿਲਾਂ ਮੈਨੂੰ ਮਿਲਿਆ ਤੇ ਜੇ ਨੇ ਕਿਹਾ ਵੀ ਇੱਥੇ ਆਓ ਨਜ਼ਾਰੇ ਲਓ ਸਾਰੇ ਜਾਣੇ ਆਓ ਜੇ ਜਿਹਦਾ ਵੀ ਸੂਤ ਲੱਗਦਾ ਕਿਸੇ ਤਰ੍ਹਾਂ ਵੀ ਲੱਗਦਾ ਮੈਂ ਭਾਜੀ ਇਹ ਕਹੂੰਗਾ ਪਰ ਮੈਂ ਇਹ ਗੱਲ ਕਹੂੰਗਾ ਜੇ ਇੰਡੀਆ ਕਿਸੇ ਦਾ ਕੰਮ ਸੈੱਟ ਹੈਗਾ ਕੋਈ 40-50 ਲੱਖ ਰੁਪਈਆ ਕਮਾਉਂਦਾ ਉਹ ਨਾ ਆਵੇ ਇੱਥੇ ਜੋ ਠੀਕ ਹੈ ਨਾ ਜਿਹੜਾ ਬੰਦਾ ਚਲੋ ਇਦਾਂ ਆ ਵੀ ਕਰਜ਼ਾ ਸਾਰਾ ਮਹੀਨਾ ਚੱਕ ਕੇ ਆਓ ਅੱਡੀਆਂ ਚੱਕ ਕੇ ਫਾਹ ਨਾ ਲਓ ਠੀਕ ਆ ਉਹ ਹਿਸਾਬ ਨਾਲ ਥੋੜ੍ਹਾ ਜਿਹਾ ਮੈਂ ਦੇਖ ਕੇ ਆਓ ਆਪਣੇ ਹਾਲਾਤ ਸਹੀ ਆ ਤੇ ਜਾਂਦੇ ਜਾਂਦੇ ਆਖਰੀ ਕੁਐਸਚਨ ਇੰਗਲੈਂਡ ਵਧੀਆ ਕਿ ਪਿੰਡ ਪਿੰਡ ਭਾਜੀ ਉਹ ਕਿੱਦਾਂ ਪਿੰਡ ਨਹੀਂ ਆ ਰਹੇ ਭਾਜੀ ਪਿੰਡ ਇਸ ਕਰਕੇ ਕਹਿੰਦਾ ਇੰਗਲੈਂਡ ਨਹੀਂ ਆ ਰਹੇ ਇੰਗਲੈਂਡ ਘੱਟ ਨਹੀਂ ਆ ਰਹੇ ਨਾਲੇ ਪਿੰਡ ਜ਼ਿਆਦਾ ਆ ਇੱਥੇ ਇਹ ਆ ਵੀ ਇੱਥੇ ਆਪਣੇ ਸਿਰ ਤੇ ਨਜ਼ਾਰੇ ਲੈਣੇ ਪੈਂਦੇ ਇੰਗਲੈਂਡ ਪਿੰਡ ਕਰਦੇ ਆ ਸਿਰ ਤੇ ਲੈਂਦੇ ਆ ਸਹੀ ਆ ਕੰਮ ਉੱਥੇ ਕਰੋ ਨਾ ਕਰੋ ਰੋਟੀ ਤਾਂ ਮਿਲੇ ਜਾਣੀ ਸਹੀ ਪਰ ਇੱਥੇ ਨਹੀਂ ਮਿਲਦੀ ਭਾਜੀ ਸਹੀ ਇੱਥੇ ਕੰਮ ਕਰਨਾ ਪੈਂਦਾ ਸਹੀ ਗੱਲ ਆ ਤੇ ਇਹ ਸੀਗਾ ਜੀ ਆਪਣੇ ਨਾਲ ਅਜੇ ਤੇ ਆਸ ਕਰਦੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਊਗੀ ਤੇ ਜਿਨ੍ਹਾਂ ਬਾਈ ਜਿਨ੍ਹਾਂ ਨੇ ਵੀ ਵੀਡੀਓ ਦੇਖੀ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰੋ ਜੀ ਮਿਲਦੇ ਕਿਸੇ ਹੋਰ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰੱਖਾ ਥੈਂਕ ਯੂ ਭਾਈ